दुख सुख तुही पासे अंतव जाव काव अंतव जाव काव Thank you.
Thank you.
Oh,
ਸਤਨਾਮ ਸ੍ਰੀ ਵਾਹਿਗੁਰੂ ਤੂੰ ਮੇਰੋ ਮੇਰ ਪਰਬਤ ਸੁਆਮੀ ਉੱਠ ਗਈ ਮੈਂ ਤੇਰੀ ਨਾ ਤੁਮ ਡੋਲੋ ਨਾ ਹਮ ਗਿਰਤੇ ਰੱਖ ਲੈਨੀ ਹਰ ਮੇਰੀ ਜੋਬਨ ਫੁਲਾ ਦਿਆ ਪਾਰਿਆ
ਸੀ ਅੜੇ ਦਿਨ ਚਾਰ ਪੱਬਣ ਕੇਰੇ ਪੱਤ ਜੋ ਢਾਲ ਢੁਲ ਜੁੰਮਣ ਹਾਰ ਰੰਗ ਮਾਣ ਲੈ ਪਿਆਰਿਆ ਜਾ ਜੋਬਨ ਨਾ ਹੁਲਾ ਦਿਨ ਥੋੜੇ ਥੱਕੇ ਪਿਆ ਪੁਰਾਣਾ ਚੋਲਾ ਸਾਜਨ ਮੇਰੇ ਰੰਗਲੇ ਜਾਏ ਸੁੱਤੇ ਜੀਰਾਣ ਹੰਪੀ ਵੰਜਾ ਡੂਮਣੀ ਰੋਵਾ ਚੀਣੀ ਵਾਣ ਕੀ ਨਾ ਸੁਣੇ ਹੀ ਗੋਰੀਏ ਆਪਣ ਕੰਨੀ ਸੋਏ ਲੱਗੀ ਆਵੇ ਸਹੁਰੇ ਨਿਤਨਾ ਪਈਏ ਹੋਏ ਨਾਨਕ ਸੁੱਤੀ ਪਈਏ ਜਾਣ ਬਿਰਤੀ ਸਨ ਗੁਣਾ ਗਵਾਈ ਗੱਠੜੀ ਅਵਗੁਣ ਚੱਲੀ ਬੰਨ ਪਿਆਰੇ ਜੀ ਸਿਮਰ ਪਛਤਾਏਗਾ ਮਨ ਪਾਪੀ ਜਿਹੜਾ ਲੋਭ ਕਰਦਾ ਆਜ ਕਾਲ ਉੱਠ ਜਾਏਗਾ ਲਾਲਚ ਲਾਗੇ ਜਨਮ ਗਵਾਇਆ ਮਾਇਆ ਪਰਮ ਭੁਲਾਏਗਾ ਤਨ ਜੋਬਨ ਕਾ ਗਰਭ ਨਾ ਕੀਜੈ ਕਾਗਦ ਜਿਉਂ ਗਲ ਜਾਏਗਾ ਜੋ ਜੰਮ ਆਏ ਕੇਸ ਗੈ ਪਟਕੈ ਤਾਂ ਦਿਨ ਕਿਸ਼ਨਾ ਵਿਸਾਏਗਾ ਸਿਮਰਨ ਭਜਨ ਦਿਆ ਨਹੀਂ ਕਿੰਨੀ ਤਉ ਮੁਖ ਝੋਟਾਂ ਖਾਏਗਾ ਕਰਮ ਰਾਏ ਜਬ ਲੇਖਾ ਮੰਗੈ ਕਿਆ ਮੁਖ ਲੈ ਕੇ ਜਾਏਗਾ ਕੈਦ ਕਬੀਰ ਸੁਨੋਰੇ ਸੰਤੋ ਸਾਧ ਸੰਗਤ ਤਰ ਜਾਏਗਾ
سکھ سہی لکھا رب منگیسیا بیٹھا کڈ بہی نر چیت پاپ تے ڈر دین دیال سگل پے پنجن شرن تائے تم پرے وید قرآن جاس گن گاوت تاکو نام ہی میں تارے پاون نام جگت میں ہر کو سمر سمر قسمل سب ہرے مانس دے بہر نے پاوے کچو پاو مت کا کرے نانک قید گائے کرنا میں پاو ساگر کے پار اتر رے بڑے بڑے دنیا تے we'll be right back.
ਅੰਮ੍ਰਿਤ ਨਾਮ ਨਿਧਾਨ ਹੈ ਮਿਲ ਪੀਵ ਹੋ ਪਾਈ ਜੇ ਸਿਮਰਤ ਸੁਖ ਪਾਈਐ ਸਭ ਤਿਖਾ ਬੁਝਾਈ ਕਰ ਸੇਵਾ ਪਾਰ ਬ੍ਰਹਮ ਗੁਰ ਭੁੱਖ ਰਹਿ ਨਾ ਕਾਈ ਸਾਗਰ ਮਨੋਰਥ ਪੁੰਨਿਆ ਅਮਰਾ ਪਦ ਪਾਈ ਤੁਧ ਜੀਵਨ ਤੂੰ ਹੈ ਪਾਰ ਬ੍ਰਹਮ ਨਾਨਕ ਸਰਣਾਈ ਜਿਨਕੇ ਦੁੱਖ ਕੋ ਦੁੱਖ ਦੂਰ ਗਏ ਸਤਿ ਸ਼੍ਰੀ ਅਕਾਲ।
अमृत पीओ सदा चिर जीओ हर सिमरत आनंद अनंता सतगुरु वाजो गुर नहीं कोई निगुरे का है नाम बुरा ऐडा दोष ना कोई ਗੁਰ ਮੁਕਤ ਨਾ ਪਾਵੇ ਪਾਵੇ ਮੁਕਤ ਨਾ ਹੋਰ ਥੈ ਕੋਈ ਪੁੱਛੋ ਵਿਵੇਕੀਆਂ ਜਾਏ ਅਨੇਕ ਜੂਨੀ ਭਰਮ ਆਵੇ ਵਿਣ ਸਤਿਗੁਰ ਮੁਕਤ ਨਾ ਪਾਏ ਕਤਿਕ ਕਰਮ ਕਮਾਵਣੇ ਦੋਸ ਨਾ ਕਹੂ ਜੋਗ ਪਰਮੇਸ਼ਰ ਤੇ ਪੁੱਲਿਆ ਵਿਆਪਣ ਸਭੇ ਰੋਗ ਬੇਮੁਖ ਹੋਏ ਰਾਮ ਤੋਂ ਲਗਣ ਜਨਮ ਵਿਜੋਗ ਜਨਮਾ ਜਨਮਾ ਦੇ
Thank you.
ਸ੍ਰੀ ਵਾਹਿਗੁਰੂ ਸਾਹਿਬ ਜੀਓ ਸਤਨਾਮ ਸਤਨਾਮ ਸ੍ਰੀ ਵਾਹਿਗੁਰੂ ਤਜੋ ਸਿਆਨਪ ਸੁਰਜਨੋ ਸਿਮਰੋ ਹਰ ਹਰ ਰਾਏ ਏਕ ਆਸ ਹਰ ਮਨ ਰੱਖੋ ਨਾਨਕ ਦੁੱਖ ਪਰਮ ਭਉ ਜਾਏ ਵਿਸਰਨਾ ਹੀ ਦਾਤਾਰ ਆਪਣਾ ਨਾਮ ਦੇਹੋ ਗੁਣ ਗਾਵਾਂ ਦਿਨ ਰਾਤ ਨਾਨਕ ਚਾਓ ਮੈਹੋ ਨਾ ਵਿਸਰੂ ਮਹਾਰਾਜ ਹੀ ਤੇ Thank you.
ਕੇਵਲੀ ਚੱਕਦੇ ਆਪਣਾ ਨਹੀਂ ਹੈ। ਇਸੇ ਤਰ੍ਹਾਂ ਨਹੁਰੇ ਨੂੰ ਵੀ ਕਿਸੇ ਨੇ ਨਹੀਂ ਸਾਹਮਣਾ ਕਰਨਾ, ਕਿਹੜੀਆਂ ਦੁਨੀਆਂ ਦੇ ਵਿੱਚ ਜਾਵੇਗਾ। ਜਦ ਗੁਰੂ ਵਾਲਾ ਬਣ ਜਾਵੇਗਾ, ਗੁਰੂ ਦੀ ਹੋ ਜਾਵੇਗੀ ਮਮਤਾ ਵੀ ਇਹ ਮੇਰਾ ਬਣ ਗਿਆ। ਜਿਹੜੇ ਪਰਿਵਾਰ ਦੇ ਵਿੱਚ ਜਨਮ ਲੈਂਦਾ ਤਾਂ ਉਸ ਪਰਿਵਾਰ ਦੀ ਇਹਦੇ ਤੇ ਮਮਤਾ ਹੋ ਜਾਂਦੀ। ਔਰ ਜਦ ਇਹ ਗੁਰੂ ਵਾਲਾ ਬਣੇਗਾ ਫਿਰ ਜਿਹੜੀ ਤਾਣੀ ਉਹਦੀ ਹੋਈ ਨਾ ਗੁਰੂ, ਇਸ ਨੂੰ ਫਿਰ ਕੋਈ ਢੰਗ ਦੱਸੇਗਾ ਵੀ ਐ ਨੁਕਸਾਨ ਐ ਜੀਵ, ਤੂੰ ਇਸ ਤਰ੍ਹਾਂ ਮਨ ਨੂੰ ਸੇਵਾ ਔਰ ਸੇਵਰਨ ਪਰਮਕਾਰ ਦੂਏ ਦਾ ਭਲਾ ਮਨ ਦੇ ਨਾਲ ਕਰਨਾ ਸ਼ੁਰੂ ਕਰ ਦੇ। ਉਹ ਜਿਹੜੀ ਫੁੱਲਿਆ ਰੂਪੀ ਤਾਣੀ ਹੈ ਉਹ ਸੁਲਝਣੀ ਸ਼ੁਰੂ ਹੋ ਜਾਵੇਗੀ। ਉਹ ਨੁਰਮਾ ਨੁਰਾਦ ਵੀ ਤਾਣੀ ਸੁਲਝਾਉਣ ਨਹੀਂ ਜਾਣਦਾ, ਉਲਝਾਉਣ ਜਾਣਦਾ। ਉਹ ਦੱਸਿਆ ਵੀ ਬਗੈਰ ਗੁਰਾਂ ਤੋਂ ਕੋਈ ਮੁਕਤ ਨਹੀਂ ਹੋਇਆ। ਗੁਰੂ ਸਾਹਿਬ ਜੀ ਦੱਸਦੇ ਨੇ ਫਿਰ ਇਧਰ ਦੁਨੀਆਂ ਦੇ ਵਿੱਚ ਭਰਕਦਾ ਫਿਰੇਗਾ। ਸਤਿਗੁਰ ਵਾਜੋਂ ਗੁਰ ਨਹੀਂ ਕੋਈ, ਨਗੁਰੇ ਕਾ ਹੈ ਨਾਮ ਬੁਰਾ। ਕਹਿੰਦੇ ਜਿਹੜਾ ਨਗੁਰਾ ਆਦਮੀ ਆ ਉਸਦਾ ਨਾਮ ਲੈਣਾ ਵੀ ਪਾਪ ਚੜ੍ਹਦਾ। ਤਾਂ ਤੇ ਫਿਰ ਆਪਾਂ ਨੂੰ ਇਸ ਤੋਂ ਕੁਛ ਸ਼ਿਕਸ਼ਾ ਲੈਣੀ ਚਾਹੀਦੀ ਹੈ। ਕੀ ਸ਼ਿਕਸ਼ਾ? ਫਿਰ ਆਪਾਂ ਨੂੰ ਗੁਰੂ ਵਾਲੇ ਬਣ ਜਾਣਾ ਚਾਹੀਦਾ। ਜੇ ਨਹੀਂ ਗੁਰੂ ਵਾਲੇ ਬਣਾਂਗੇ ਤਾਂ ਫਿਰ ਕਦੇ ਆਪਾਂ ਮੁਕਤ ਨਹੀਂ ਹੋ ਸਕਦੇ। ਮੁਕਤ ਦਾ ਮਤਬਲਾ ਦੁੱਖਾਂ ਤੋਂ ਬਰੀ ਨਹੀਂ ਹੋ ਸਕਦੇ। ਉਹ ਦੱਸਿਆ ਵੀ ਬਰਮਾ ਨੂੰ ਪੁੱਛ ਲਓ, ਨਾਰਦ ਨੂੰ ਪੁੱਛ ਲਓ, ਵੇਦ ਵਿਆਸ ਨੂੰ ਪੁੱਛ ਲਓ, ਵੀਰਾਂ ਗੁਰਾਂ ਤੋਂ ਕੋਈ ਮੁਕਤ ਨਹੀਂ ਹੋਇਆ। ਤੇ ਦੱਸਿਆ ਦੇ ਵਿੱਚ ਬੋਲਿਆ, ਪਹਿਲਾਂ ਜਥਾ ਬੋਲੇਗਾ, ਫਿਰ ਸਾਰੇ ਭਾਈ, ਫਿਰ ਸਾਰੀਆਂ ਬੀਬੀਆਂ ਗੱਜ ਗੱਜ ਕੇ ਬਿਨਾਂ ਗੁਰਾਂ ਤੋਂ ਮੁਕਤ ਨਾ Thank you.
ਅਸੀਂ ਉਹ ਮਿੱਟੀ ਚੱਕ ਕੇ ਨਵੀਂ ਰੋਜ਼ ਹੀ ਪਾਉਂਦੇ ਹਾਂ। ਉਹ ਸੀਗਾ ਬਰਮੇ ਦਾ ਪੁੱਤਰ, ਬਰਮੇ ਦਾ ਪੁੱਤਰ ਨਾਰਦ ਤੈਸ਼ ਦੇ ਵਿੱਚ ਆ ਗਿਆ ਵੀ ਮੇਰਾ ਪਿਤਾ ਸ੍ਰਿਸ਼ਟੀ ਨੂੰ ਸਾਜਦਾ, ਫਿਰ ਮੈਨੂੰ ਵੀ ਕੋਈ ਗੁਰੂ ਦੀ ਲੋੜ ਰਹੇਗੀ। ਸਿੱਧਾ ਵਰਮਾ ਦੇ ਕੋਲ ਪਹੁੰਚਿਆ, ਵਰਮਾ ਨੇ ਦੇਖ ਲਿਆ ਤੇਜ ਪੈਰ ਚੱਕਦਾ ਕੁੱਤਾ ਇਸ ਲੱਗਦਾ, ਜਾ ਕੇ ਕਹਿੰਦਾ ਮਹਾਰਾਜ ਮੇਰੀ ਇਤਨੀ ਨਰਾਤਰੀ ਕਿਉਂ ਹੈ ਸਭਾ ਦੇ ਵਿੱਚ? ਵਰਮਾ ਕਹਿਣਗਾ ਕਿਉਂ ਨਾਰਦ ਪੁੱਤਰ ਕੀ ਗੱਲ ਹੈ? ਕਹਿੰਦਾ ਮੈਂ ਜੋਧਰ ਨਿਕਲ ਗਿਆ ਜਿੱਧਰ ਦੇਵਤਿਆਂ ਦੀ ਸਭਾ ਲੱਗਦੀ ਆ, ਉਹ ਮਿੱਟੀ ਪੜਦੇ ਸੀ ਨਵੀਂ ਪਾਉਂਦੇ ਸੀ, ਕਹਿੰਦੇ ਇੱਥੇ ਨਾਰਦ ਵਹਿੰਦਾ ਨੁਰਾ ਧਰਤੀ ਪਵਿੱਤਰ ਕਰ ਦਿੰਦਾ। ਕਹਿੰਦਾ ਮੈਂ ਤਾਂ ਤੁਹਾਡਾ ਪੁੱਤਰ ਹਾਂ, ਮੈਨੂੰ ਵੀ ਗੁਰੂ ਦੀ ਲੋੜ ਹੈ ਕੋਈ? ਹੁਣ ਵਰਮਾ ਨੇ ਤਾਂ ਹਕੀਕਤ ਦੱਸਣੀ ਹੈ, ਪੁੱਤਰ ਤਾਂ ਨਹੀਂ ਦੇਖਣਾ ਹੈ। ਕਹਿਣਗੇ ਨਾਰਦ ਇਹ ਤਾਂ ਪਰਮੇਸ਼ਰ ਦਾ ਅਸੂਲ ਹੈ, ਚਾਹੇ ਤੂੰ ਖੁਦਾ ਦਾ ਪੁੱਤਰ ਹੈ ਖੁਦਾ ਦਾ, ਜੇ ਤੂੰ ਨਗੁਰਾ ਨਾ ਨਗੁਰਾ ਤਾਂ ਫਿਰ ਇਹ ਅਸੂਲ ਨਗੁਰੇ ਤੇ ਘਟਦਾ ਰਹੇਗਾ। ਜੇ ਤੂੰ ਇਸ ਗੱਲ ਤੋਂ ਡਰਦਾ ਤਾਂ ਫਿਰ ਗੁਰੂ ਵਾਲਾ ਬਣ ਜਾ। ਉਹ ਇਉਂ ਦੱਸਿਆ ਵੀ ਬਗੈਰ ਗੁਰਾਂ ਤੋਂ ਕਦੇ ਮੁਕਤ ਨਹੀਂ ਹੋਵੇਗੀ। Yeah.
Thank you.
ਕੋਈ ਖਲਾਉਣ ਵਾਲਾ ਚਾਹੀਦਾ, ਖਾਣ ਵਾਲੇ ਤਾਂ ਜਦੇ ਹੀ ਰਲ ਜਾਂਦੇ ਨੇ ਨਾਲ ਗੁਰਮੁਖ। ਇੱਥੇ ਵੀ ਇੱਕ ਇਨਸਾਨ ਦੀ ਇਹ ਗੱਲ ਆਈ ਸੀ, ਕਹਿੰਦੇ ਜਿਹੜਾ ਪੈਸਾ ਕਮਾਉਂਦਾ ਕਲੱਬਾਂ ਚ ਲਿਜਾ ਕੇ ਸ਼ਰਾਬ ਪੜਾਉਂਦਾ, ਸ਼ਰਾਬ ਪੜਾਉਂਦਾ ਸਾਥੀਆਂ ਨੂੰ, ਉਹ ਇਸ ਦੇ ਨਾਲ ਫਿਰ ਉਹ ਚਿਮਲਾ ਦਿੰਦੇ ਨੇ ਬਈ ਪ੍ਰੇਮੀਆਂ, ਬਈ ਤੇਰੇ ਵਰਗਾ ਤਾਂ ਨਾ ਕੋਈ ਜੰਮਿਆ ਨਾ ਜੰਮੇ, ਕਾਹਨੂੰ ਜੰਮੂ ਜਾ ਤੈਨੂੰ, ਸ਼ਰਾਬਾਂ ਮਿਲਦੀਆਂ ਨੇ, ਮਾਸ ਮਿਲਦਾ, ਸਭ ਕੁਛ ਮਿਲਦਾ, ਲੀੜੇ ਸਭ ਕੁਛ ਮਿਲਦਾ, ਤੁਹਾਨੂੰ ਤਾਂ ਹੋਰ ਜੰਮਣਾ ਹੀ ਨਹੀਂ ਹਜੇ। ਉਹ ਗਿਆਨੀ ਉਹ ਚਾਹਵਣ ਗਿਆ, ਤੁਸੀਂ ਕਿਸੇ ਇਨਸਾਨ ਦੀ ਵਡਿਆਈ ਕਰੋ ਚਾਹ ਲਿਜਾ ਦੇਗਾ, ਜੇ ਬਾਂ ਭਰ ਭਰ ਕੇ ਲਿਆਂਦਾ ਗੁਰਮੁਖੋ, ਫਿਰ ਜਿਹੋ ਜਿਹੇ ਕਰਤੱਵ ਕਰੇਗਾ ਨਾ ਵੈਸੇ ਉਸਨੂੰ ਫਿਰ ਫਲ ਭੁਗਤਣਾ ਪਵੇਗਾ। ਗੁਰੂ ਸਾਹਿਬ ਜੀ ਨੇ ਗੁਰਬਾਣੀ ਦੇ ਵਿੱਚ ਦਿੱਤਾ ਰਿਹਾ, ਕਤਕ ਕਰਮ ਕਮਾਵ ਨੇ ਦੋਸ਼ ਨਾ ਕਾਹੂ ਯੋਗ ਪਰਮੇਸ਼ਰ ਤੇ ਭੁੱਲਿਆ ਵਿਆਪਨ ਸਭੇ ਰੋਗ, ਪੜੋ ਗੁਰੂ ਵਿਆਪਨ ਸਭੇ ਰੋਗ ਰਾਮ ਤੇ
ਉਹ ਜਿਹੜਾ ਪਾਪੀ ਨਿਗਰਾ ਹੋਣ ਦੇ ਨਾਤੇ ਉਸਦਾ ਮਨ ਜਿਹੜਾ ਇਤਨਾ ਕਾਲਾ ਹੋ ਗਿਆ ਜੈਸੇ ਗੁਰੂ ਸਾਹਿਬ ਨੇ ਲਿਖਿਆ ਇਸ ਮਨ ਕੋ ਜਨਮ ਜਨਮ ਕੀ ਮਲ ਲਾਗੀ ਕਾਲਾ ਹੋਇਆ ਸ਼ਿਆ ਖੰਡਲੀ ਧੋਤੀ ਉਜਲੀ ਨਾ ਹੋ ਗਈ ਜੇ ਸਭ ਤੋਂ ਪਾ ਕਦੇ ਜਿਹੜਾ ਨੁਗਰਾ ਆਦਮੀ ਆ ਉਸਦਾ ਮਨ ਇਤਨਾ ਕਾਲਾ ਹੋ ਜਾਂਦਾ ਮੁਰੇ ਭਲੇ ਦੀ ਸੋਝੀ ਨੀ ਉਹਨੂੰ ਰਹਿੰਦੀ ਵਾਰ ਪਾਪੀ ਕੋ ਪਿਆਰਾ ਪਾਪੂ ਰੱਬ ਦੇ ਘਰ ਦੇਰੀ ਤਾਂ ਹੋ ਸਕਦੀ ਹੈ
اور اس طرح دے نال بہت سمجھایا نہیں سمجھیا بہت سال لکھ گئے اس نو اے ماڑے کرتا بکر دے کی ہویا کرما دا پھل اور جڑا شاہوکار دا پتر پریما اودے شریر نو کوڑ ہو گیا کوڑ کرما دا پھل گرو کو جیسا کرو گا ویسا مت پتر ہو گا جیسا بیجیں گا وڈیں گا منا ویسا اس نو پھل ملے گا
ਕਰਮ ਕਰਨ ਦੇ ਵਿੱਚ ਸੁਤੰਤਰ ਹੈ, ਭੋਗਣ ਦੇ ਵਿੱਚ ਪਰਤੰਤਰ ਹੈ, ਕਿਸੇ ਦੇ ਅਧੀਨ ਭੋਗੇਗਾ। ਖੂਨ ਕਰ ਸਕਦਾ ਹੈ ਪਰ ਫਾਸੀ ਇਹਨੂੰ ਹੋਰ ਚੜੇਗਾ, ਵੱਜ ਨਹੀਂ ਸਕਦਾ ਹੈ। ਇਸ ਤਰ੍ਹਾਂ ਦੇ ਨਾਲ ਕਰਦੇ ਸਮਝਾਉਂਦੇ ਨੇ, ਕਾਕਾ ਤੂੰ ਇਹ ਜਿਹੜਾ ਲਾਣਾ ਇਕੱਠਾ ਕਰਿਆ ਇਹਦਾ ਧੋਖੇ ਦਾ ਕਾਰਨ ਹੈ, ਤੈਨੂੰ ਇਤਨਾ ਗਿਆਨ ਨਹੀਂ ਹੈ, ਇਹਦਾ ਖਾਣ ਪੀਣ ਦੇ ਨੇ ਸਾਰੇ। ਜਦ ਕੋਟ ਦੇ ਸਾਰ ਦਿਸਣ ਲੱਗ ਗਏ, ਕੋਟ ਦੇ ਸਾਰ ਕੀ ਨੇ? ਕਹਿੰਦੇ ਜਿਹੜੇ ਨੌ ਨੇ ਨਾ, ਆਪਣੇ ਪੈਰਾਂ ਦੇ ਰੱਥਾਂ ਦੇ ਪੀਕ ਪੈਣੀ ਸ਼ੁਰੂ ਹੋ ਜਾਂਦੀ, ਐਵੇਂ ਨੀ ਪਈ ਪੀਕ, ਨਹੀਂ ਕੋਈ ਕਰਤੱਵ ਕਰਿਆ, ਕੋਈ ਪਰਮੇਸ਼ਰ ਤੋਂ ਵਿਰੁੱਧ ਸਟੈਪ ਉਠਾਇਆ, ਤਦ ਹੋਇਆ। ਤਾਂ ਫਿਰ ਉਹ ਚੋਰੀ ਚੋਰੀ ਇਲਾਜ ਲੂਜ ਕਰਾਉਣ ਲੱਗਿਆ, ਮਾਇਆ ਦਾ ਕੋਈ ਘਾਟਾ ਨਹੀਂ ਸੀ। ਪਰ ਨਹੀਂ, ਕੋਲ ਵਧਣਾ ਸ਼ੁਰੂ ਹੋ ਗਿਆ, ਘਰਦਿਆਂ ਨੂੰ ਵੀ ਪਤਾ ਲੱਗ ਗਿਆ ਸਾਡੇ ਪੁੱਤਰ ਨੂੰ ਤਾਂ ਕੋਲ ਹੋ ਗਿਆ। ਖੈਰ ਉਹਨਾਂ ਨੇ ਇਲਾਜ ਕਰਾਉਣਾ ਸ਼ੁਰੂ ਕਰਿਆ, ਬਹੁਤ ਹੀ। ਉਹ ਜਿਹੜੇ ਦੂਏ ਸੀਗੇ ਸ਼ਰਾਬਾਂ ਪੀਣ ਵਾਲੇ, ਨਵਾਲੇ ਪਿਆਲੇ ਦੇ ਜਾ ਜਿਹੜੇ ਪੱਬਾਂ ਦੇ ਵਿੱਚ ਇਕੱਠੇ ਹੁੰਦੇ ਸੀ, ਜਾਂ ਉਹਨਾਂ ਨੂੰ ਪਤਾ ਲੱਗ ਗਿਆ ਵੀ ਪ੍ਰੇਮੀ ਨੂੰ ਤਾਂ ਕੋਲ ਹੋ ਗਿਆ, ਉੱਡ ਗਏ, ਕੌਣ ਹੈ ਕਿਸੇ ਦਾ ਕਰੋ ਕੋ, ਸਾਰੀ ਦੁਨੀਆਂ ਖਾਣ ਪੀਣ ਵਾਸਤੇ ਭੱਜੀ ਫਿਰਦੀ ਹੈ, ਕੋਈ ਨੀ ਕਿਸੇ ਦਾ ਇਕੱਲਾ ਹੀ ਰਹੇ। Thank you.
ਉਸਨੇ ਇਸ ਗੱਲ ਨੂੰ ਮਨ ਭਾਵ ਕਰਿਆ ਕਿ ਇਹ ਤਾਂ ਜਿਹੜੀ ਸਾਰੀ ਦੁਨੀਆ ਹੈ ਇਹ ਤਾਂ ਮਤਬਲੀ ਹੈ, ਇਹ ਤਾਂ ਮਤਬਲ ਨੂੰ ਫਿਰਦੀ ਹੈ। ਜੇ ਇਨਸਾਨ ਨੂੰ ਦੁੱਖ ਪੈ ਜਾਵੇ ਕੋਈ ਨੀ ਲਵੇ ਖੜੇਗਾ। ਦੁਨੀਆਂ ਤਾਂ ਗੁਰੂਆਂ ਨੂੰ ਛੱਡ ਗਈ, ਆਪਾਂ ਕਿਹਨੇ ਵਿਚਾਰੇ ਆ ਗੁਰਮੁਖੋ। ਆਓ ਕਲਗੀ ਤਰ ਮਹਾਰਾਜ ਹੈ, ਚਮਕੌਰ ਦੀ ਗਲੀ ਚੋਂ ਕੱਲੇ ਨਿਕਲੇ, ਪਿੱਛੇ ਤਿੰਨ ਸਿੱਖ ਆਏ ਆ ਕੇ ਫਿਰ ਮਾਛੂ ਵਾਲੇ ਮਿਲਾਪ ਹੋਇਆ। ਮਹਾਰਾਜ ਜੀ ਨੂੰ ਗੁਲਾਬਾ ਮਸੰਦ ਸੀ ਉੱਥੇ ਜਿਹੜਾ ਆਨੰਦਪੁਰ ਜਾਪ ਜਾ ਕੇ ਤੇ ਬਹੁਤ ਨਾਮ ਤੇ ਉੱਥੋਂ ਮਾਇਆ ਆਦਿਕ ਲੈ ਕੇ ਆਉਂਦਾ ਸੀ ਗੁਰੂ ਸਾਹਿਬ ਜੀ ਤੋਂ। ਜਵਾਰੇ ਦੇ ਵਿੱਚ ਰਿਹਾਇਸ਼ ਕਰ ਦਿੱਤੀ ਕਰਮੀਧਰ ਮਹਾਰਾਜ ਜੀ ਦੀ। ਕੰਬਣ ਲੱਗ ਗਿਆ ਵੀ ਹੁਣ ਮੈਨੂੰ ਮਰਵਾਉਣਗੇ, ਮੈਨੂੰ ਮਰਵਾਉਣਗੇ। ਕਹਿਣ ਗਿਆ ਮਹਾਰਾਜ ਜੀ ਹੁਣ ਗਾਹਾਂ ਚਲੇ ਜਾਓ, ਹੁਣ ਗਾਹਾਂ ਨੂੰ ਚਲੇ ਜਾਓ। ਹੁਣ ਸਰਵਾਗੁਰੂ ਨੂੰ ਕਹਿੰਦਾ ਮਸੰਦਾ ਤੂੰ ਤਾਂ ਡਰ ਗਿਆ, ਤਾਂ ਹੀ ਗੁਰੂ ਦਾ ਸਾਥ ਛੱਡਦਾ ਨਾ ਤੂੰ। ਕਹਿੰਦਾ ਹਾਂ ਮਹਾਰਾਜ ਜੀ, ਮੇਰੇ ਬਾਲ ਬੱਚਾ ਮਾਰ ਦੇਣਗੇ ਉਹ ਤਾਂ 25 ਰੁਪਈਏ ਇੱਕ ਦਸਾਲਾ ਲਿਆ ਕੇ ਗੁਰੂ ਸਾਹਿਬ ਦੇ ਅੱਗੇ ਰੱਖ ਦਿੱਤਾ। ਗੁਰੂ ਸਾਹਿਬ ਜੀ ਫਿਰ ਉੱਚਾ ਪੀਰ ਮਾਰ ਕੇ ਉੱਥੋਂ ਨਿਕਲੇ ਕਿ ਟੂਕ ਲੈਣੀ ਆਪਾਂ ਨੇ। ਦੇਖ ਲਓ ਜਿਹੜਾ ਦਿਨ ਰਾਤ ਮਹਾਰਾਜ ਜੀ ਤੋਂ ਮਾਇਆ ਲਾ ਕੇ ਟੱਬਰ ਪਾਲਦਾ ਸੀ, ਜਦ ਫਿਰ ਮਹਾਰਾਜ ਜੀ ਇਸ ਤਰ੍ਹਾਂ ਦੀ ਹਾਲਤ ਜਾਂ ਕੌਤਕ ਕਰਦੇ ਉਹਦੇ ਘਰ ਰਹੇ ਗੁਰਮੁਖ, ਉਹਨੇ ਵੀ ਸਾਥ ਛੱਡ ਦਿੱਤਾ। ਕਹਿੰਦੇ ਮਹਾਰਾਜ ਜੀ ਜਾਓ ਅੱਗੇ ਵੀ ਜਾਓ, ਵਿੱਚ ਸੁੱਖਾਂ ਦੇ ਸਾਰੇ ਸਾਰੇ ਸਾਥ ਛੱਡ ਗਏ।
ਹੁਣ ਜਿਹੜੇ ਪ੍ਰੇਮੀ ਦੇ ਮਾਤਾ ਪਿਤਾ ਉਹਨਾਂ ਨੇ ਫਿਰ ਇਲਾਜ ਮੁਆਲਜਾ ਕਰਾਉਣਾ ਸ਼ੁਰੂ ਕਰੇ। ਬਿਮਾਰੀ ਵੜਦੀ ਜਾਂਦੀ ਹੈ, ਘਟਦੀ ਨਹੀਂ ਹੈ। ਉਹਨਾਂ ਨੇ ਸੋਚਿਆ ਵੀ ਠੀਕ ਹੈ, ਸਾਡਾ ਪੁੱਤਰ ਹੈ। ਇਹ ਜਿਹੜੇ ਕੋਰ ਦੇ ਜਨਮ ਚ ਨੇ ਨਾ, ਜਨਮ ਚ ਇਹ ਤਾਂ ਕੰਧਾਂ ਚ ਵੜ ਜਾਣਗੇ, ਸਾਨੂੰ ਵੀ ਲੱਗ ਜਾਣਗੇ। ਕਹਿੰਦੇ ਪੁੱਤਰ ਤੈਨੂੰ ਬਹੁਤ ਵਰਜਦੇ ਰਹੇ ਤਾਂ ਸਾਡੀ ਇੱਕ ਨਾ ਸੁਣੀ, ਹੁਣ ਤਾਂ ਤੇਰੀ ਬਿਮਾਰੀ ਲਾ ਇਲਾਜ ਹੋ ਗਈ, ਹੁਣ ਇਹਨੇ ਹਟਣਾ ਨਹੀਂ ਹੈ। ਬਿਹਤਰ ਇਹ ਹੈ ਵੀ ਹੁਣ ਤੂੰ ਘਰ ਰਹਿਣ ਦੇ ਵੀ ਲਾਇਕ ਨਹੀਂ ਰਿਹਾ, ਹੁਣ ਮਾਤਾ ਪਿਤਾ ਵੀ ਦੁਸ਼ਮਣ ਬਣਨਗੇ। ਗੁਰਮੁਖ ਕਹਿਣ ਲੱਗੇ ਇਉਂ ਕਰਦੇ ਹਾਂ, ਹੁਣ ਖੁਦ ਤੇ ਸ਼ਬਰੀ ਪਾ ਦਿੰਦੇ, ਉੱਥੇ ਮੰਜਾ ਡਾ ਕੇ ਤੈਨੂੰ ਉੱਥੇ ਰੱਖੇ ਆਉਂਦੇ। ਉਸ ਪ੍ਰੇਮੀ ਨੂੰ ਟੋਕਰੇ ਚ ਪਾ ਲਿਆ ਗੁਰਮੁਖ, ਤਾਂ ਹੀ ਦੱਸਿਆ ਨਾ ਵੀ ਜਿਹੜੇ ਸੰਬੰਧੀ ਨੇ ਨਾ, ਜਿਹਨਾਂ ਤੇ ਉਸਨੂੰ ਭਰੋਸਾ ਸੀ, ਤਾਂ ਫਿਰ ਉਹਨਾਂ ਨੇ ਵੀ ਜਵਾਬ ਦੇ ਦਿੱਤਾ ਪ੍ਰੇਮੀ ਨੂੰ। ਮੁਸ਼ਕਲ ਜਾਂ ਕੋ ਮੁਸ਼ਕਲ ਅੱਤ ਬਣਾ, ਉਹਨਾਂ ਨੂੰ ਮੁਸ਼ਕਲ ਬਣੀ ਹੋਈ ਹੈ। ਟੋਈ ਕੋਏ ਨਾ ਦੇ ਲਾਗੂ ਹੋਏ ਦੁਸ਼ਮਣਾ, ਸਾਪ ਵੀ ਵੱਜ ਕਲੇ, ਸਾਕਾਂ ਨੇ ਵੀ ਚੱਕ ਲਿਆ ਟੋਕਰੇ ਚ ਪਾ ਕੇ ਬੜੋ ਭੈਣਾਂ ਤੇ ਭਾਈ ਜੀ ਲਾਗੂ ਸਭ ਦੁਸ਼ਮਣ ਬਣ ਗਏ। ਬੈਠਾ ਹੁਣ ਯਾਦ ਕਰਦਾ
ਕਹਿੰਦੇ ਔਲੇ ਦਾ ਖਾਧਾ ਸਿਆਣੇ ਦਾ ਕਿਹਾ ਮਗਰੋਂ ਸਵਾਦ ਆਉਂਦਾ ਹੁੰਦਾ। ਫਿਰ ਹੁਣ ਕਰਮਾਂ ਨੂੰ ਰੋਂਦਾ, ਹੁਣ ਕਰਮਾਂ ਰੋਇਆ ਕੀ ਬਣਨਾ, ਰੋਣਾ ਸੀ ਪਹਿਲਾਂ ਰੋਂਦਾ, ਹੁਣ ਨੀ ਕੁਛ ਬਣੇ। ਪੜੋ ਵੀਰੇ ਜਿਹਨੂੰ ਸਿਰਜੇ ਗੁਰਾਂ ਦੀ
ਛੂਠਾ ਰੱਸੀ ਪਾ ਕੇ ਉਹਦੇ ਗੜ ਚ ਬੰਨ ਦਿੱਤਾ। ਜੀ ਨੂੰ ਦਇਆ ਆਉਂਦੀ ਆ, ਉਹ ਠੂਠੇ ਦੇ ਵਿੱਚ ਭੋਜਨ ਪਾਇਆ ਆਉਂਦਾ, ਉਹ ਟੁੰਡਾਂ ਨਾਲ ਖਾਂਦਾ। ਟੁੰਡ ਕਿਉਂ ਹੋਏ ਨੇ? ਟੁੰਡ ਐਵੇਂ ਨੀ ਹੋਏ ਹਨ, ਜੋ ਮਾੜਾ ਕਰਤੱਵ ਕਰਿਆ ਸੀ ਉਸਦਾ ਫਲ ਮਿਲਿਆ। ਉਹ ਇਸ ਤਰ੍ਹਾਂ ਦੱਸਿਆ ਵੀ ਜਿਹੜੇ ਮਾਤਾ ਪਿਤਾ ਸੀ ਉਹ ਵੀ ਛੱਡ ਗਏ, ਕੋਈ ਨੀ ਕਿਸੇ ਦਾ ਇੱਥੇ। ਔਰ ਇੱਕ ਮਹਾਤਮਾ ਰਹਿੰਦੇ ਨੇ ਕੁਟੀਆ ਦੇ ਵਿੱਚ, ਇੱਕ ਕੋਈ ਲੜਕਾ ਸੰਗਤ ਕਰਦਾ ਰੋਜ ਜਾਂਦਾ। ਫਿਰ ਕਰਦਿਆਂ ਜਦ ਉਹ ਥੋੜਾ ਜਿਹਾ ਜਵਾਨ ਹੋਇਆ, ਉਹਦੀ ਮੰਗਣੀ ਕਰਤੀ, ਨਾਗੇ ਪਾਉਣੇ ਸ਼ੁਰੂ ਕਰਤੇ ਸੰਗਤ ਦੇ ਵਿੱਚ। ਫਿਰ ਇਸ ਤਰ੍ਹਾਂ ਦੇ ਨਾਲ ਕਿਤੇ ਆਇਆ ਕਰੇ ਕਿਤੇ ਨਾ ਆਇਆ ਕਰੇ, ਫਿਰ ਉਹਦੀ ਸ਼ਾਦੀ ਹੋ ਗਈ, ਜਮਾ ਹੀ ਆਉਣੋ ਹਟ ਗਿਆ। ਜਦ ਕਿਤੇ ਮਹਾਤਮਾ ਭੀਸ਼ਾ ਮੰਗਣ ਜਾਇਆ ਕਰਨ ਤਾਂ ਉਹਨੇ ਵੀ ਹੋਰ ਪਾਸੇ ਨੂੰ ਲੱਭ ਜਾ ਕਰੇ, ਤਾਂ ਕੁਦਰਤੀ ਮੋੜ ਸੀ ਉੱਧਰੋਂ ਉਹ ਆਉਂਦਾ ਜੀ, ਉੱਧਰੋਂ ਮਹਾਤਮਾ ਸਾਹਮਣੇ ਆ ਗਿਆ। ਹੁਣ ਕਿੱਥੇ ਨੂੰ ਭੱਜੇ? ਮਹਾਤਮਾ ਕਹਿੰਦੇ ਕਾਕਾ ਤੂੰ ਸੰਗਤ ਛੱਡ ਗਿਆ। ਕਹਿੰਦਾ ਮਹਾਰਾਜ ਜੀ ਸ਼ਾਦੀ ਹੋ ਗਈ ਠੀਕ ਹੈ। ਕਹਿੰਦੇ ਸ਼ਾਦੀ ਕੋਈ ਮਾੜੀ ਗੱਲ ਹੈ? ਗ੍ਰਸਤ ਦੇ ਵਿੱਚ ਰਹੋ ਨਾਲੇ ਸੰਗਤ ਕਰੋ। ਕਹਿੰਦਾ ਜੀ ਹੁਣ ਪਿਆਰ ਬਹੁਤਾ ਕਰਦੇ ਨੇ ਘਰ ਵਾਲੇ, ਕੰਮ ਕਾਰ ਵੀ ਹੈ, ਇਸ ਕਰਕੇ ਮੈਂ ਸੰਗਤ ਚੋਂ ਆਉਣੋ ਹਟ ਗਿਆ। ਮਹਾਤਮਾ ਕਹਿੰਦੇ ਤੈਨੂੰ ਘਰਦਿਆਂ ਦਾ ਪਿਆਰ ਜਣਾ ਦੇ? ਕਹਿੰਦਾ ਜਣਾ ਦੋ ਜੀ, ਇਹ ਤਾਂ ਕਹਿੰਦੇ ਮਤ ਬਦਲਦੇ ਨੇ ਸਾਰੇ। ਕਹਿੰਦੇ ਸਾਡੇ ਕੋਲ ਆਇਆ ਕਰ ਆਉਂਦਾ ਰਿਹਾ, ਪੁਰਾਣਾ ਨਾਮ ਸਿਖਾ ਦਿੱਤਾ ਮਹਾਤਮਾ। ਕਹਿੰਦੇ ਚਲਿਆ ਜਾ ਕਰਨ, ਇਹ ਉਹ ਕਰੀ ਕਿਤੇ ਦਿਨੇ ਨਾ ਚੜਾ ਲਈ, ਚੱਕ ਕੇ ਫੂਕ ਦੇਣਗੇ, ਜਾਂ ਰਾਤ ਨੂੰ ਪ੍ਰਸ਼ਾਦਾ ਛਕੇਗਾ ਨਾ, ਸਾਦਾ ਛਾਪੇ ਢਿੱਡ ਤੇ ਹੱਥ ਪੈਣ ਲੱਗ ਜੀ, ਮਾਤਾ ਮੇਰੇ ਤਾਂ ਦਰਦ ਹੋਣ ਲੱਗ ਗਿਆ, ਪ੍ਰਾਣ ਦਸਵੇਂ ਦਾ ਚੜਾ ਲਈ। ਰਾਤ ਨੂੰ ਫੂਕਦੇ ਨੀ ਹੁੰਦੇ, ਪਰ ਉਸਨੇ ਪ੍ਰਾਣ ਚੜਾ ਲਏ ਜਾਂ ਦਸਵੇਂ ਦਵਾਰ ਪਿੱਟ ਪਟਾਉਗਾ ਸ਼ੁਰੂ ਹੋ ਗਿਆ। ਜਵਾਨ ਮੁੰਡਾ ਮਰ ਗਿਆ, ਜਵਾਨ ਲੜਕੀ ਵਿਧਵਾ ਹੋ ਗਈ, ਸਾਰਾ ਨਾਨੀ ਫੂਫੀ ਥਾਈ ਇਕੱਠੇ ਹੋ ਗਏ। ਮਾਤਾ ਪਿਤਾ ਨੇ ਬਿਰਧ ਸਾਰੀ ਰਾਤ ਬਾਲ ਪੱਟੀ ਗਏ, ਕੰਧਾਂ ਚ ਟੱਕਰਾਂ ਮਾਰੀ ਗਏ। ਉਹ ਇਸ ਤਰ੍ਹਾਂ ਦੇ ਨਾਲ ਸਾਰੀ ਰਾਤ ਲਾਂਕੀ। ਜਦ ਕਹਿੰਦੇ ਵੀ ਮਹਾਤਮਾ ਕੋਲ ਜਾਂਦਾ ਹੁੰਦਾ ਸੀ ਇਹ, ਚਾਣ ਚੱਕ ਜੀ ਮੌਤ ਹੋਈ ਹੈ, ਤੇ ਮਹਾਂਪੁਰਸ਼ਾਂ ਨੂੰ ਲਿਆਈਏ, ਕੋਈ ਰੇਖ ਜੀ ਮਰੇਖ ਹੀ ਮਾਰ ਦੇਣ, ਜਵਾਨ ਪੁੱਤਰ ਹੈ ਜਿਉਂਦਾ ਹੀ ਹੋ ਜਾਵੇਗਾ। ਚਲੇ ਗਏ। ਮਹਾਤਮਾ ਵੀ ਉਡੀਕਦੇ ਹੀ ਸੀ, ਕਹਿੰਦੇ ਮਹਾਰਾਜ ਜੀ ਸਾਡਾ ਤਾਂ ਬੇੜਾ ਰੁੜ ਗਿਆ। ਕਿਉਂ ਭਾਈ, ਕੀ ਗੱਲ ਹੋ ਗਈ? ਕਹਿੰਦੇ ਸਾਡਾ ਤਾਂ ਜਵਾਨ ਪੁੱਤਰ ਮਰ ਗਿਆ, ਜਿਹੜਾ ਤੁਹਾਡੇ ਕੋਲੋਂ ਇੱਥੇ ਆਉਂਦਾ ਹੁੰਦਾ ਸੀ, ਨਵਾਂ ਹੀ ਵਿਆਹ ਹੋਇਆ ਸੀ ਉਸਦਾ। ਮਹਾਤਮਾ ਕਹਿੰਦੇ ਹਾਂ ਭਾਈ, ਜਵਾਨ ਪੁੱਤਰ ਮਰ ਜਾਣਾ ਬੇੜਾ ਹੀ ਰੁੜਨਾ ਨਾ। ਕਹਿੰਦੇ ਮਹਾਰਾਜ ਕਿਰਪਾ ਕਰੋ ਕੋਈ। ਕਹਿੰਦੇ ਚਲੋ ਦੇਖ ਲੈਂਦੇ। ਫਲਾਦ ਸੀ, ਲੋਹਾ ਮਾਰਿਆ ਫਲਾਦ ਬਣ ਜਾਂਦਾ, ਧਾਤਾਂ ਹੁੰਦੀਆਂ ਨੇ, ਠੰਡਾ ਹੁੰਦਾ ਫਲਾਦ ਜਿਹੜਾ। ਮਹਾਤਮਾ ਨੇ ਕੁੜੀ ਬੰਨ ਲਈ, ਆ ਗਏ, ਸਾਰਾ ਕਬੀਲਾ ਖੜਾ ਹੋ ਗਿਆ, ਤਹਾਂ ਮਾਰਦੇ। ਮਹਾਂਪੁਰਸ਼ੋ ਬੇੜਾ ਰੁੜ ਗਿਆ, ਲਾਓਗੇ ਬੰਨੇ? ਮਹਾਤਮਾ ਕਹਿੰਦੇ ਵੀ ਹੈ ਤਾਂ ਔਖੀ ਹੋਈ ਗੱਲ, ਕਿਰਪਾ ਕਰੋ ਮਹਾਂਪੁਰਸ਼ੋ।
ਮਹਾਤਮਾ ਕਹਿੰਦੇ ਓਂ ਕਰੋ ਫਿਰ ਦੁੱਧ ਦਾ ਛੰਨਾ ਲਿਆਓ ਜਾਂ ਛੰਨੇ ਹੁੰਦੇ ਨੀ ਕਾਂਸੀ ਦੇ ਭਰ ਕੇ ਲਿਆਂਦਾ ਦੋ ਤਿੰਨ ਸਵੇਰ ਦੁੱਧ ਪੈ ਜਾਂਦਾ ਸੀ ਛੰਨੇ ਚ ਖੁਰਾਕ ਵੀ ਇਹ ਹੁੰਦੀ ਹੈ ਉਹ ਮਹਾਤਮਾ ਨੇ ਉਹ ਫਲਾਦ ਦੀ ਕੁੜੀ ਦੁੱਧ ਚ ਝਾੜਤੀ ਫਿਰ ਉਹਦੀ ਮਾਤਾ ਬੈਠੀ ਜੀ ਕੁੱਬੀ ਵਾਲ ਪੱਟਦੀ ਜੀ ਸਿਰ ਦੇ ਕਹਿਣ ਲੱਗੇ ਜਿਉਂਦਾ ਤਾਂ ਹੋ ਜਾਵੇਗਾ ਕਿਰਪਾ ਕਰਕੇ ਦੱਸੋ ਜੀ ਫਿਰ ਕਹਿਣਗੇ ਜਿਹੜਾ ਛੰਨਾ ਦੁੱਧ ਦਾ ਪੀ ਲੇਗਾ ਉਹ ਮਰ ਜਾਵੇਗਾ ਜਿਉਂਦਾ ਹੋ ਜਾਵੇਗਾ ਸਾਰੇ ਮਹਾਤਮਾ ਗੱਡੀਆਂ ਝੱਕ ਨੂੰ ਹਟ ਗਏ ਵੀ ਮੇਰਾ ਨਾਮ ਨਾ ਲੈ ਲੈਣ ਕਿਤੇ ਜਿਵੇਂ ਕਲਗੀਧਰ ਮਹਾਰਾਜ ਨੇ ਤਲਵਾਰ ਕੱਢੀ ਸੀ ਨਾ ਤਲਵਾਰ ਆਪਣੇ ਉੱਤੇ ਤੇ ਲੱਖਾਂ ਪ੍ਰੇਮੀ ਬੈਠੇ ਸਨ ਸਾਰੇ ਧਰਤੀ ਗੱਡੀ ਨੂੰ ਝਾਕਣ ਲੱਗ ਗਏ ਵੀ ਜੇ ਮੈਂ ਝਾਕ ਪਿਆ ਨਾ ਕਹਿੰਦੇ ਤੂੰ ਹੀ ਆ ਜਾ ਬੜੀ ਮੁਸ਼ਕਿਲ ਆ ਗੱਲ ਕਰੋ ਉਹ ਇਸ ਤਰ੍ਹਾਂ ਦੇ ਨਾਲ ਉਹ ਮਹਾਤਮਾ ਫਿਰ ਉਸਦੀ ਗਿਰਦ ਮਾਤਾ ਕੁੱਬੀ ਕਹਿਣ ਲੱਗੇ ਮਾਤਾ ਤਾਤਾ ਸਭ ਕੁਛ ਦੇਖ ਲਿਆ ਤੇਰਾ ਜਵਾਨ ਪੁੱਤਰ ਹੈ ਤੂੰ ਕੀੜਾ ਮਰ ਜਾਏਗੀ ਇਹ ਜਿੰਦਾ ਹੋ ਜਾਵੇਗਾ ਕੀ ਕਹਿੰਦੀ ਆ ਹੁਣ ਮਲਮੀ ਜੀਵ ਨਾਲ ਕਹਿੰਦੀ ਆ ਮਲਮੀ ਨਾਲ ਮੈਂ ਪੁੱਛ ਮੇਰੇ ਤਿੰਨ ਪੁੱਤਰ ਹੋਰ ਨੇ ਉਹ ਪੁੱਤਰ ਇਹ ਕੀ ਸੀਗਾ ਇਹ ਵੀ ਪੁੱਤਰ ਹੈ ਜਵਾਬ ਦੇ ਦਿੱਤਾ ਕੁੜੀ ਨੇ ਕੌਣ ਆ ਕਿਸੇ ਦਾ ਗੁਰੂ ਕੋ ਪੜੋ ਪ੍ਰੇਮ ਨਾਲ ਸੁੱਖਾਂ ਦੇ ਸੰਗੀ ਨੇ ਤੇਰੇ ਸਾਰੇ ਤੁਸੀਂ ਦੁੱਧ ਪੀ ਲਓ ਉਹ ਬੁੜੀ ਵਾਲੀ ਗੱਲ ਉਹਨੇ ਕਹਿ ਕੌਣ ਕਿਸੇ ਦਾ ਗੁਰੂ ਸਾਰਿਆਂ ਸੰਗਤਾਂ ਨੂੰ ਪੁੱਛਿਆ ਜਵਾਬ ਉਹਦੇ ਘਰ ਵਾਲੀ ਬੈਠੀ ਦੀ ਸਵਤਨੀ ਕਹਿਣ ਲੱਗੇ ਮਹਾਂਪੁਰਸ਼ ਤੇਰਾ ਤਾਂ ਹੁਣ ਕੋਈ ਹੈ ਨਹੀਂ ਹੋਰ ਤੂੰ ਜਵਾਨੀ ਕਿਵੇਂ ਕੱਟੇਗੀ ਤੂੰ ਪੀੜਾ ਇਹ ਜਿੰਦਾ ਹੋ ਜਾਏਗਾ ਕਹਿਣ ਲੱਗੀ ਮਹਾਂਪੁਰਸ਼ੋ ਮੇਰੇ ਭਰਾ ਨੇ ਮੈਨੂੰ ਰੋਟੀ ਵੀ ਨਹੀਂ ਦੇਣਗੇ ਕੌਣ ਆ ਕਿਸੇ ਦਾ ਕੰਮ ਜਾਂ ਸਾਰਿਆਂ ਨੇ ਜਵਾਬ ਦੇ ਦਿੱਤਾ ਮਹਾਂਪੁਰਸ਼ ਕਹਿੰਦੇ ਫਿਰ ਅਸੀਂ ਪੀ ਲਈਏ ਸਾਰੇ ਉੱਠੇ ਉੜੇ ਹੋ ਗਏ ਕਹਿੰਦੇ ਹਾਂ ਜੀ ਪੀ ਲਓ ਤੁਸੀਂ ਵਿਹਲੇ ਹੀ ਲੈ ਦੇਖ ਲਓ ਜੀ ਦੁਨੀਆ ਤੁਸੀਂ ਗੁਰੂ ਸਾਹਿਬ ਨੂੰ ਵੀ ਪੁੱਛ ਕੇ ਦੇਖਿਆ ਗੁਰੂ ਸਾਹਿਬ ਨੇ ਲਿਖਿਆ
ਵੀ ਜਿਵੇਂ ਮਾਵਾਂ ਨੂੰ ਪੁੱਤਰ ਪਿਆਰੇ ਨੇ ਨਾ, ਦਸ ਗੁਣਾ ਭਗਤ ਰੱਬ ਨੂੰ ਪਿਆਰੇ ਨੇ ਫੜੋਗੇ। ਪ੍ਰਾਣ ਉਤਰਿਆ, ਉੱਠ ਕੇ ਬੈਠ ਗਿਆ। ਕਹਿੰਦੇ ਕਾਕਾ ਤੂੰ ਕਹਿੰਦਾ ਸੀ ਨਾ ਬਈ ਪ੍ਰੇਮ ਕਰਦੇ ਨੇ ਘਰ ਦੇ, ਕਹਿੰਦਾ ਬੈਠੇ ਨੇ ਸਾਹਮਣੇ, ਪੁੱਛ ਲਾ ਇਹਨਾਂ, ਪੁੱਛ ਲਾ ਤੇਰੀ ਜਗ੍ਹਾ ਕੋਈ ਮਰਿਆ ਇਹਨਾਂ ਚੋਂ। ਕਹਿੰਦਾ ਜੀ ਠੀਕ ਹੈ, ਫਿਰ ਤਾਂ ਸੰਗਤ ਕਿਉਂ ਛੱਡ ਦਿੱਤੀ, ਅਸੀਂ ਇਹ ਦੇਵਤਾ ਨਹੀਂ ਕਹਿੰਦੇ ਵੀ ਗ੍ਰਸਤ ਚ ਨਾ ਰਹੋ, ਗ੍ਰਸਤ ਤਾਂ ਸਮਾਂ ਚੰਗੀ ਚੀਜ਼ ਹੈ, ਸਭ ਕੁਛ ਮਿਲੀ ਜਾਂਦਾ ਬਿਨਾਂ ਫੁਰਨੇ ਤੇ, ਪਰ ਪ੍ਰੇਮੀਆਂ ਰਹਿ ਗ੍ਰਸਤ ਦੇ ਵਿੱਚ, ਦੋ ਟਾਈਮ ਸੰਗਤ ਨਾ ਛੱਡ। ਫਿਰ ਸੰਗਤ ਕਰਨ ਲੱਗ ਗਿਆ, ਨਾਲੇ ਗ੍ਰਸਤ ਦੇ ਵਿੱਚ ਮਨੁੱਖਾ ਦੇ ਤਾਰੀ ਹੋਈ ਸਫਲੀ ਕਰ ਲਈ ਗੁਰੂ। ਉਹ ਪ੍ਰੇਮਾ ਉਹ ਸ਼ਬਰੀ ਦੇ ਵਿੱਚ ਪਿਆ, ਕੋਈ ਨੀ ਪੁੱਛਦਾ। ਗੋਇੰਦਵਾਲ ਸਾਹਿਬ ਜਾਣੀ ਦੀਵਾਲੀ ਵਿਸਾਖੀ ਇਸ ਤਰ੍ਹਾਂ ਦੇ ਨਾਲ ਜੋੜ ਮੇਲੇ ਰੱਖੇ ਹੁੰਦੇ ਸਨ ਗੁਰੂਆਂ ਦੇ। ਸੰਗਤ ਆਈ ਇਧਰੋਂ ਪਿੱਛੇ ਇਲਾਕੇ ਚੋਂ, ਉਸ ਪਿੰਡ ਦੇ ਕੋਲ ਰਾਤ ਕੱਟੀ, ਉਹ ਪ੍ਰੇਮਾ ਸ਼ਬਰੀ ਦੇ ਵਿੱਚ ਪਿਆ, ਜਲਦਾ ਕਦੇ ਕੁਛ ਉਪਾਅ ਕਰਦਾ, ਕਦੇ ਖੁਦ ਤੇ ਜਾ ਕੇ ਮਹਿੰਦਾ ਵੀ ਖੂਹ ਚ ਛਾਲ ਮਾਰ ਕੇ ਮਰਦਾ। ਤਾਂ ਉਹ ਫਿਰ ਅੰਮ੍ਰਿਤ ਵੇਲੇ ਇਸ਼ਨਾਨ ਕਰਕੇ ਸੰਗਤ ਮੂਹਰੇ ਭਾਈ ਪਿੱਛੇ ਬੀਬੀਆਂ ਜੋਟੀਆਂ ਦੇ ਵਿੱਚ ਆਸਾ ਦੀ ਵਾਰ ਦਾ ਕੀਰਤਨ ਕਰਨਾ ਸ਼ੁਰੂ ਕਰ ਦਿੱਤਾ। ਅੰਮ੍ਰਿਤ ਵੇਲੇ ਟਕਾ ਦਾ ਟਾਈਮ, ਉਹ ਜਿਹੜਾ ਪ੍ਰੇਮਾ ਕੋੜੀ ਛਬਰੀ ਜਾਂ ਖੂਹੀ ਮਾਂ ਤੇ ਬੈਠਾ ਸੀ, ਬਾਣੀ ਦੀ ਆਵਾਜ਼ ਉਸਦੇ ਕੰਨਾਂ ਤਾਈਂ ਹੋ ਕੇ ਅੰਦਰ ਚਲੇ ਗਈ, ਖੂਨ ਦੇ ਵਿੱਚ ਸ਼ਾਂਤੀ ਦੀ ਲਹਿਰ ਫੈਲ ਗਈ। ਹੈਰਾਨ ਹੋ ਗਿਆ ਵੀ ਮੇਰਾ ਰੋਗ ਘਟਣ ਲੱਗ ਗਿਆ। ਜਦ ਉਹ ਸੰਗਤ ਪੜ੍ਹਦੀ ਪੜ੍ਹਦੀ ਦਸਵਾਂ ਸਲੋਕ ਆ ਗਿਆ, ਸੱਤ ਸੱਤ ਦੀ ਵਿਚਾਰ ਹੈ, ਪਰ ਉਹ ਬਰੇਲ ਦੇ ਨਾਲ ਤੈਨੂੰ ਵਿਸਰਿਆ ਕਰਤਾਰ ਜਿੰਦੇ Thank you.
ਸੰਗਤ ਨੇ ਉਸ ਪਹੇ ਲੱਗਣਾ ਸੀ ਉਹ ਰੁੜਦਾ ਪਹੇ ਕੋ ਜਾ ਕੇ ਬਹਿ ਗਿਆ। ਜਾਂ ਸੰਗਤ ਨੇੜੇ ਆਈ ਕਹਿਣਾ ਬਈ ਜਾਣ ਵਾਲੇ ਤੁਸੀਂ ਕੌਣ ਹੋ, ਆ ਤੁਸੀਂ ਕਲਾਮ ਕਿਹਦੀ ਪੜ੍ਹਦੇ ਹੋ। ਉਹਨਾਂ ਦੇ ਸ਼ਬਦ ਬੰਦ ਕਰਕੇ ਕਹਿਣ ਲੱਗੇ ਗੋਇੰਦਵਾਲ ਸਾਹਿਬ ਨੂੰ ਜਾਂਦੇ ਹਾਂ, ਅਮਰਦਾਸ ਮਹਾਰਾਜ ਜੀ ਦੇ ਦਰਸ਼ਨਾਂ ਵਾਸਤੇ ਜਾਂਦੇ ਹਾਂ, ਇਹ ਇਲਾਹੀ ਬਾਣੀ ਹੈ ਗੁਰੂ ਨਾਨਕ ਦੇਵ ਮਹਾਰਾਜ ਜੀ। ਕਹਿੰਦਾ ਬਈ ਜਦ ਤੇ ਮੈਂ ਸੁਣੀਆ ਮੈਨੂੰ ਸ਼ਾਂਤੀ, ਜਿਹਦੀ ਬਾਣੀ ਦੇ ਵਿੱਚ ਇਤਨੀ ਤਾਕਤ ਹੈ ਉਹਦੇ ਚ ਖੌਣੀ ਕੀ ਕੁਛ ਹੋਵੇਗਾ। ਕਹਿਣ ਲੱਗਾ ਮੈਨੂੰ ਵੀ ਲਿਜਾ ਸਕਦੇ ਹੋ ਤੁਸੀਂ ਉਸ ਗੁਰੂ ਕੋਲ। ਕਹਿੰਦਾ ਪਰ ਦੇਖ ਲਓ ਮੇਰੇ ਸਰੀਰ ਤੇ ਤਾਂ ਕੋੜ ਹੋਇਆ ਹੋਇਆ, ਮੈਨੂੰ ਪਰਉਪਕਾਰ ਕਰਨਾ ਹੈ ਔਖਾ, ਪਰ ਬਾਣੀ ਚ ਲਿਖਿਆ ਬਈ ਪਰਉਪਕਾਰੀ ਗੁਰੂ ਪਿਆਰਾ। ਗੁਰੂ ਨੂੰ ਕਹਿੰਦੇ ਪਿਆਰਾ ਬਹੁਤ ਲੱਗਦਾ। ਇੱਕ ਸਿੱਖ ਕਹਿੰਦਾ ਮੁੜ ਦਰੋਏ ਸਿੱਖ ਹੁੰਦੇ ਸਨ, ਦੁੱਲੇ ਹੁੰਦੇ ਜੀ, ਸੋਲਾਂ ਹੱਥੇ ਦੁੱਲੇ ਪੁਰਾਣੇ ਜਿਹੜੇ ਕੋਈ ਇੱਥੇ ਆਉਣਗੇ ਜ਼ਿਮੀਦਾਰ ਉਹਨਾਂ ਨੂੰ ਪਤਾ। ਤਾਂ ਫਿਰ ਕਹਿੰਦਾ ਮੈਂ ਇਸ ਨੂੰ ਦੋਲੇ ਚ ਲਵੇਟ ਕੇ ਡੱਬੀ ਮਾਰ ਲੈਣਾ ਜੀ ਪਿੱਛੇ ਚਲੇ ਗਏ ਤੀਸਰੇ ਪਹਿਰ। ਗੋਇੰਦਵਾਲ ਸਾਹਿਬ ਇਹ ਜੇ ਬਿਮਾਰ, ਇਹਨਾਂ ਦਾ ਕੋਈ ਏਰੀਆ ਰੱਖਿਆ ਹੋਇਆ ਸੀਗਾ ਅਮਰਦਾਸ ਮਹਾਰਾਜ ਜੀ ਦਾ, ਜਦ ਕਿਤੇ ਨਿਗਾਹ ਕਰ ਦਿੰਦੇ ਸੀ ਤਾਂ ਰੋਗ ਹੋ ਜਾਂਦੇ ਸੀ ਰੋਗ। ਉਸ ਜਗ੍ਹਾ ਚ ਲਾਤਾ ਉਸਨੂੰ, ਸੰਗਤ ਨੇ ਨਮਸਕਾਰ ਕਰੀ, ਪੇਟਾਂ ਰੱਖੀਆਂ, ਜੋੜ ਮੇਲਾ ਦੇਖਿਆ। ਉਹ ਪ੍ਰੇਮੇ ਕੋੜੀ ਨੇ ਦੂਰੋਂ ਦਰਸ਼ਨ ਕਰੇ ਮਹਾਰਾਜ ਜੀ ਦੇ, ਤੇ ਚਰਨਾ ਅੰਮ੍ਰਿਤ ਮੰਗਾ ਕੇ ਪੀ ਲਿਆ, ਨਾਲੇ ਨਾਮ ਦੀ ਦਾਤ ਲੈ ਲਈ, ਗੁਰੂ ਵਾਲਾ ਬਣ ਗਿਆ। ਹੁਣ ਗੁਰੂ ਵਾਲਾ ਬਣ ਗਿਆ ਕੋੜੀ, ਤਾਂ ਫਿਰ ਨਾਮ ਦਾ ਅਭਿਆਸ ਕਰਨਾ ਸ਼ੁਰੂ ਕਰ ਦਿੱਤਾ। ਸੰਗਤਾਂ ਚਲੀਆਂ ਗਈਆਂ, ਕੋਈ ਸਾਲ ਲੱਗ ਗਏ ਉਸਨੂੰ ਅਭਿਆਸ ਕਰਦੇ ਨੂੰ। ਉਹਨੂੰ ਇਹ ਪੂਰਾ ਭਰੋਸਾ ਹੋ ਗਿਆ ਵੀ ਮੇਰਾ ਜਿਹੜਾ ਗਿਆ ਗੁਜਰਿਆ ਜਾਂ ਕੋੜ ਹੋਇਆ ਹੋਇਆ ਸਰੀਰ ਨੂੰ ਗੁਰੂ ਦੀ ਕਿਰਪਾ ਸੇ ਬਲ ਹੋਵੇ। ਕਿਤੇ ਕਿਤੇ ਮਸਤੀ ਦੇ ਵਿੱਚ ਗਿਆ ਕਸੌਟਾ ਲੱਦਾ, ਫਿਰ ਗਿਆ ਕਸੌਟਾ ਲੱਦਾ, ਫਿਰ ਬੇਵਾਲ ਹੋ ਜਾ ਕਰੇ ਸਰੀਰ ਤੇ ਪਤਾ ਹੀ ਨਾ। ਬਸ ਇੱਕ ਸਿੱਖ ਕਹਿੰਦਾ ਵੀ ਇਹ ਜਿਹੜਾ ਪ੍ਰੇਮਾ ਹੈ ਇਹਨੇ ਹੋਰ ਹੀ ਭਜਨ ਸ਼ੁਰੂ ਕਰ ਲਿਆ। ਹੁਣ ਬਈ ਮਹਾਰਾਜ ਨੂੰ ਪੁੱਛਾਂਗੇ, ਸ਼ਾਇਦ ਉਹਨਾਂ ਤੇ ਪੁੱਛ ਲਿਆ ਹੋਣਾ ਇਹਨੂੰ। ਅਮਰਦਾਸ ਮਹਾਰਾਜ ਨੂੰ ਬੇਨਤੀ ਕਰੀ ਉਹ ਸਿੱਖ ਨੇ, ਮਹਾਰਾਜ ਜਿਹੜਾ ਉਹ ਕੋੜੀ ਹੈ ਨਾ ਪ੍ਰੇਮਾ, ਕਈ ਸਾਲ ਹੋ ਗਏ ਉਸਨੂੰ ਆਏ ਨੂੰ ਇੱਥੇ ਭਜਨ ਕਰਦਾ, ਸੰਗਤ ਸੁਣਦਾ, ਕਥਾ ਕੀਰਤਨ
ਕਿਤੇ ਕਿਤੇ ਐਸੀ ਰੱਟ ਲਾਉਂਦਾ ਗਿਆ ਸੌਤਾ ਲੱਦਾ ਫਿਰ ਗਿਆ ਸੌਤਾ ਲੱਦਾ ਫਿਰ ਇਹ ਕੀ ਭਜਨ। ਹੁਣ ਅਮਰਦਾਸ ਮਹਾਰਾਜ ਕਹਿੰਦੇ ਵੀ ਉਸਦੇ ਦਿਲ ਦੀ ਅਸੀਂ ਜਾਣਦੇ, ਉਹਦੇ ਮਨ ਦੇ ਵਿੱਚ ਪੂਰਾ ਭਰੋਸਾ ਹੋ ਗਿਆ ਵੀ ਮੇਰਾ ਕੋੜ ਹਟ ਜਾਵੇ। ਗੁਰੂ ਵਾਲਾ ਬਣ ਕੇ ਉਸਨੇ ਸਿਮਰਨ ਕਰਿਆ, ਸਿਮਰਨ ਦੇ ਵਿੱਚ ਤਾਕਤ। ਉਹ ਜਿਹੜੇ ਮਾੜੇ ਕਰਮ ਕਰੇ ਗਏ ਸੀ ਕੈਂਸਲ ਹੋ ਜਾਣੇ। ਗੁਰੂ ਸਾਹਿਬ ਜੀ ਆਸਾ ਦੇ ਵਿਕਾਰ ਦੇ ਵਿੱਚ ਆ ਕੇ ਬੈਠ ਗਏ ਚੌਂਕੜਾ ਮਾਰ ਕੇ, ਆਸਾ ਦੀ ਵਾਰ ਦਾ ਭੋਗ ਪੈ ਗਿਆ। ਅਮਰਦਾਸ ਮਹਾਰਾਜ ਜੀ ਕਹਿੰਦੇ ਵੀ ਉਹ ਜਿਹੜਾ ਪ੍ਰੇਮਾ ਕੋਈ ਹੈ ਨਾ, ਜਾਂ ਉਸਨੂੰ ਦੋ ਸਿੱਖ ਚੱਕ ਕੇ ਜਿਹੜੀ ਕੁੰਡ ਦੇ ਵਿੱਚ ਅਸੀਂ ਇਸ਼ਨਾਨ ਕਰਿਆ ਉੱਥੇ ਇਸ਼ਨਾਨ ਦਾ ਪਾਣੀ ਪਿਆਰਾ ਉਹਦੇ 'ਚ ਇਸ਼ਨਾਨ ਕਰਾਓ ਦਾ ਖੂਬ ਮਲ ਕੇ ਲਾਲ ਸ਼ਰਦਾ ਦੇ ਕੇ ਸਾਡੇ ਸਾਹਮਣੇ ਬਹਾਲ ਦੋ ਜਾ ਗੁਰੂ ਵਾਲਾ ਬਣਿਆ। ਤਾਂ ਸਿੱਖਾਂ ਨੇ ਕੋਈ ਕਿੰਤੂ ਨਹੀਂ ਕਰਿਆ ਵੀ ਇਹਨੂੰ ਕੋਲ ਹੋਇਆ ਹੋਇਆ, ਸਾਰੇ ਸਾਫ਼ ਕਰਕੇ ਲਾਲ ਦਸਾਲਾ ਦੇ ਕੇ ਮਹਾਰਾਜ ਜੀ ਦੇ ਸਾਹਮਣੇ ਬਹਾੜਤਾ। ਦਿਨ ਚੜਿਆ ਮੂੰਹ ਨੂੰ ਮੂੰਹ ਦਿਸਣ ਲੱਗ ਗਿਆ। ਅਮਰਦਾਸ ਮਹਾਰਾਜ ਕਹਿਣ ਲੱਗੇ ਭਾਈ ਇਹਦੇ ਮੂੰਹ ਤੋਂ ਦਸਾਲਾ ਲਾਹੋ, ਵਿਹੜਿਆ ਬੈਠਾ ਸੀ। ਤਾਂ ਫਿਰ ਅਮਰਦਾਸ ਮਹਾਰਾਜ ਜੀ ਨੇ ਕਿਰਪਾ ਕਰੀ, ਕਦ ਕਰੀ ਜਦ ਉਹ ਗੁਰੂ ਦਾ ਬਣ ਗਿਆ। ਕਿਰਪਾ ਕਟਾਖਮ ਲੋਕ ਨਕੀਨੋ ਦਾਸ ਕਾ ਦੁੱਖ ਵਧਾਰਿਓ, ਜਦ ਮਹਾਰਾਜ ਨੇ ਕਿਰਪਾ ਦ੍ਰਿਸ਼ਟੀ ਦੁਆਰਾ ਉਹਦੇ ਸਰੀਰ ਕੰਨੀ ਨੂੰ ਤੱਕਿਆ, ਕੰਚਨ ਵਰਗਾ ਸਰੀਰ ਹੋ ਗਿਆ, ਕਿਧਰੇ ਕੋਹਰ ਉੱਠ ਗਿਆ, ਪ੍ਰੇਮੇ ਚ ਰਿਹਾ ਨਾ ਗਿਆ। ਇਹ ਬੋਲ ਉੱਠਿਆ ਬੜੋ ਪ੍ਰੇਮ ਨਾਲ ਕਹਿਣ ਲੱਗਾ ਮੈਂ ਤਾਂ ਕਾਂਚਨ ਕਹਿੰਦੇ ਨੇ ਸੋਨੇ ਨੂੰ, ਜਾਂ ਸਿੱਖਾਂ ਨੇ ਦੇਖਿਆ ਉਹ ਪ੍ਰੇਮੇ ਕੰਨੀ। ਕਈ ਸਿੱਖ ਕਹਿੰਦੇ ਮਹਾਰਾਜ ਜੀ ਤਾਂ ਲਾੜੇ ਵਰਗਾ ਬਣ ਗਿਆ, ਲਾੜੇ ਵਰਗਾ ਜਨ ਦੇ ਵਿੱਚ ਸਾਰਿਆਂ ਨਾਲ ਸੋਹਣਾ ਲਾੜਾ ਹੀ ਹੁੰਦਾ, ਭਾਵੇਂ ਅੱਧੀ ਵੀ ਅੱਖ ਹੋਵੇ। ਆ ਇਸ ਤਰ੍ਹਾਂ ਦੇ ਨਾ। ਫਿਰ ਅਮਰਦਾਸ ਮਹਾਰਾਜ ਕਹਿੰਦੇ ਠੀਕ ਹੈ ਲਾੜੇ ਵਰਗਾ ਤਾਂ ਬਣ ਗਿਆ, ਹੁਣ ਇਉਂ ਕਰੋ ਕੋਈ ਸਿੱਖ ਉੱਠੋ ਆਪਣੀ ਲੜਕੀ ਇਹਦੇ ਨਾਲ ਲਾਵਾਂ ਦੇਵੋ। ਇੱਕ ਸਿੱਖ ਉੱਠਿਆ ਗੁਰੂ, ਕਹਿੰਦਾ ਮਹਾਰਾਜ ਜੀ ਮੇਰੀ ਲੜਕੀ ਵਰ ਪ੍ਰਾਪਤ ਹੈ, ਕਿਰਪਾ ਕਰੋ ਇਹਦੇ ਨਾਲ ਲਾਵਾਂ ਪੜਦੇ। ਲਾਵਾਂ ਪੜੀਆਂ ਗਈਆਂ ਗੁਰਮੁਖ, ਪਹਿਲੇ ਕਰਮਾਂ ਦਾ ਫਲ ਨਗੁਰੇ ਪੜੇ ਦਾ ਤਾਂ ਹੋਇਆ ਕੋੜ, ਜਦ ਉਹ ਬਣ ਗਿਆ ਗੁਰੂ ਵਾਲਾ ਤੇ ਨਾਲੇ ਤਾਂ ਹਟ ਗਿਆ ਰੋਗ। ਅਮਰਦਾਸ ਮਹਾਰਾਜ ਜੀ ਨੇ 22 ਮੰਜੀਆਂ ਦਿੱਤੀਆਂ ਸਨ ਸਿੱਖਾਂ ਨੂੰ, ਸੰਗਤਾਂ ਦੇ ਭਲੇ ਵਾਸਤੇ ਬ੍ਰਹਮ ਗਿਆਨੀ ਨੂੰ ਦਿੱਤੀਆਂ ਸਨ, 72 ਪੀੜੇ ਦਿੱਤੇ ਸੀ ਮਾਈਆਂ ਨੂੰ ਵੀ ਤੁਸੀਂ ਭਲਾ ਕਰੋ ਦੁਨੀਆਂ ਦਾ। ਤਾਂ ਫਿਰ ਅਮਰਦਾਸ ਮਹਾਰਾਜ ਕਹਿੰਦੇ ਆ ਪ੍ਰੇਮਿਆ ਲੈ ਵੀ ਤੈਨੂੰ ਮੰਜੀ ਵੀ ਦਿੰਦੇ, ਜਾਣੀ ਦੁਨੀਆਂ ਦਾ ਤਾਰਕ ਬਣਾਉਂਦੇ ਤੈਨੂੰ ਦੁਨੀਆਂ ਦਾ। ਫਿਰ ਮਹਾਰਾਜ ਨੇ ਉਹਨਾਂ ਦੇ ਨਾਂ ਰੱਖੇ। ਇਹ ਕਹਿੰਦੇ ਜਿਹੜੀ ਤੇਰੇ ਘਰ ਵਾਲੀ ਸ਼ਬਦ ਨਹੀਂ ਹੈ ਇਹ ਤਾਂ ਮੱਛੋ ਹੈ, ਤੂੰ ਹੈ ਮਰਾਰੀ, ਜਾ ਹੁਣ ਜਾ ਕੇ ਦੁਨੀਆਂ ਦਾ ਭਲਾ ਕਰ, ਗੁਰੂ ਵਾਲਾ ਬਣੇ ਬਿਗੜਾ ਕਦੇ ਗਿਆਨ ਨਹੀਂ ਹੋਵੇਗਾ, ਬੜੋ ਪ੍ਰੇਮ ਦੇ ਨਾਲ ਨਾਮ ਮੱਥੋ ਤੇ ਮੁਰਾਰੀ ਵਾਲਾ ਰੱਖ ਕੇ ਤਾਰ ਸੋ ਜਾਵੇ ਜਗ ਦੇ ਨਾਮ ਮੱਥੋ ਤੇ ਮੁਰਾਰੀ।
ਸੰਗਤ ਕਰੀ ਆ ਉਹ ਗਏ ਨਾ ਸਾਡਾ ਸੂਰ ਆਹ ਸਵੇਰੇ ਅੰਮ੍ਰਿਤ ਛਕਾਇਆ ਜਾਵੇ ਜਿਹੜੇ ਪ੍ਰੇਮੀਆਂ ਨੇ ਅੰਮ੍ਰਿਤ ਛਕਣਾ ਪੰਜ ਕਕਾਰ ਕੰਘਾ ਕੜਾ ਕਸ਼ਹਿਰਾ ਕਿਰਪਾਨ ਗਾਤਰੇ ਵਾਲੀ ਕੇਸ ਨਾਲ ਨੇ ਸ਼੍ਰੀ ਇਸ ਜਗ੍ਹਾ ਗੁਰੂ ਦੀ ਹਜ਼ੂਰੀ ਛਾਜ ਰੋਜਿਓ ਸਾਢੇ ਸੱਤ ਵਜੇ ਫਿਰ ਤੁਹਾਨੂੰ ਅੰਮ੍ਰਿਤ ਛਕਾਇਆ ਜਾਵੇਗਾ ਕੱਲ ਦਾ ਜਿਹੜਾ ਦੀਵਾਨ ਹੋਵੇਗਾ ਇਸ ਟਾਈਮ ਚ ਹੋਊ ਕਿਸੇ ਵਾਲੇ ਪਾਸੇ ਡਵੇਲੀ ਵਾਲੇ ਮਹਾਂਪੁਰਸ਼ ਨੇ ਜਾਣਦੇ ਉਹਨਾਂ ਦਾ ਗੁਰਦੁਆਰਾ ਕੱਲ ਦਾ ਦੀਵਾਨ ਉਹਨਾਂ ਮਹਾਂਪੁਰਸ਼ਾਂ ਦੇ ਗੁਰਦੁਆਰੇ ਹੋਵੇਗਾ ਆਹ ਹੁਣ ਆਨੰਦ ਸਾਹਿਬ ਦੇ ਵਿੱਚ ਬੋਲੋ ਉਸ ਤੋਂ ਬਾਅਦ ਫਿਰ ਗੁਰੂ ਸਤੋਤਰ ਦੇ ਵਿੱਚ ਬੋਲਾਂਗੇ ਫਿਰ ਅਰਦਾਸ ਦੇ ਵਿੱਚ ਜੁੜਾਂਗੇ ਫਿਰ ਗੁਰੂ ਦਾ ਹੁਕਮ ਨਾਮ ਫਿਰ ਸ਼ੀਤ ਪ੍ਰਸ਼ਾਦ ਲੈ ਕੇ ਫਿਰ ਆਪੋ ਆਪਣੇ ਘਰਾਂ ਨੂੰ ਜਾਣਾ ਬੜਾ ਬੋਲੇ ਰਾਮ ਕਲੀ ਮਹੱਲਾ ਦੀ ਜਾਣ ਆਨੰਦ ਪਿਆ ਮੇਰੀ I'm
ਨਿਪਤਿਆ ਕੀ ਪਤ ਨਿਰਾਸਿਆ ਕੀ ਆਸਰੇ ਤਿੰਨੇ ਨਾਮ ਨਿਵਾਰ ਸਾਰਾ ਦੁੱਖ ਅੰਤਾ ਟੁਕਰਾ ਤਾਂ ਕੋ ਫਿਰ ਨੱਕੂ ਲਾਗੈ ਜਾ ਕੀ ਪ੍ਰਭ ਆਗੇ ਅਰਦਾਸ ਅਕਾਲ ਪੁਰਖ ਦੀਨਾ ਬੰਧੂ ਪਤ ਪਾਵਨ ਕਿਰਪਾ ਨਿਧਾਨ ਜਗਦਗੁਰੂ ਸੱਜੇ ਪਾਤਸ਼ਾਹ ਮਹਾਰਾਜ ਜੀ ਆਪ ਜੀ ਦੇ ਚਰਨਾਂ ਤੋਂ ਅਰਦਾਸ ਬੇਨਤੀ ਸਤਿਗੁਰੂ ਜੀ ਸੰਤ ਦਾ ਮਾਰਗ ਧਨੀ ਪੌੜੀ ਉਹ ਬਿਰਭਾਗੀ ਪਾਏ ਉਹ ਜਨ ਕੇ ਚਿਰ ਵਿਖਨਾਸ਼ੇ ਹਰ ਚਰਨੀ ਚਿਤ ਲਾਏ ਮਹਾਂਪੁਰਖਾਂ ਨੇ ਤੇਰਾ ਦਿਨ ਸਤਿਗੁਰੂ ਜੀ ਪਿਆਰ ਸ਼ਰਧਾ ਸਤਿਕਾਰ ਦੇ ਨਾਲ ਆਪ ਜੀ ਦੀ ਹਾਜ਼ਰੀ ਬਾਣੀ ਦੁਆਰਾ ਕਥਾ ਦੁਆਰਾ ਭਰੀ ਹੈ ਸੇਵਕਾਂ ਦੇ ਸਿਰ ਤੇ ਹੱਥ ਖੜਨ ਮਿਹਰ ਕਰਨੇ ਗੁਰੂ ਕ੍ਰਿਮਨ ਨੂੰ ਨਾਮ ਦਾਨ ਸਿੱਖੀ ਦਾਨ ਭਰੋਸਾ ਦਾਨ ਸਭਨਾਂ ਦੇ ਪਰਿਵਾਰਾਂ ਵਿੱਚ ਸੁਖ ਸ਼ਾਂਤੀ ਬਤਾਉਣੇ ਮਿਹਰ ਕਰਨੇ ਦੁੱਖਾਂ ਕਲੇਸ਼ਾਂ ਪਾਪਾਂ ਦਾ ਨਾਸ ਕਰਨਾ ਸਦਾ ਸਾਹਿਬ ਸਿੰਘ ਮਹਾਰਾਜ ਜੀ ਤਿਲਕੁਲ ਲੈ ਕੇ ਹਾਜ਼ਰ ਹੋਏਗਾ ਸਭ ਦੇ ਹਾਜ਼ਰੇ ਆਪਣੇ ਦਾਦੇ ਲਾਉਣੇ ਸਭਨਾਂ ਦੇ ਪਰਿਵਾਰਾਂ ਦੇ ਸੁਖ ਸ਼ਾਂਤੀ ਬਤਾਉਣੇ ਆਪ ਜੀ ਦੇ ਅਸਥਾਨ ਦੇ ਸ਼ਿਵਾਦਾਰ ਮਹਾਂਪੁਰਸ਼ ਭਾਈ ਸਾਹਿਬ ਜੀ ਵੱਲੋਂ ਸਤਿਗੁਰ ਸੱਚੇ ਪਾਤਸ਼ਾਹ ਪੰਚੋ ਬੜਾ ਪ੍ਰਸਾਦ ਜੀ ਦੇ ਤਿਆਰ ਹੈ ਆਪ ਕਿਰਪਾ ਕਰੋ ਭੋਗ ਲਾਓ ਆਪ ਜੀ ਦਾ ਸ਼ੀਸ਼ ਪ੍ਰਸ਼ਾਦ ਸਾਧ ਚੰਦ ਤੋਂ ਮਿਲੇ ਜੋ ਛਕੇ ਸੋ ਨਾਮ ਜਪੇ ਸਦਾ ਆਪ ਜੀ ਦੀ ਵਰਤੇ ਸਤਿਗੁਰ ਸੱਚੇ ਪਾਤਸ਼ਾਹ ਆਪ ਜੀ ਦੇ ਗੁਰਸਿੱਖ ਸਾਹਿਬ ਜੀ ਸੁਖਪਾਲ ਸਿੰਘ ਜੀ ਸ਼ੋਨਾ ਵੱਲੋਂ ਅੱਜ ਦਾ ਸਰਦਾਰ ਸਾਧ ਸਿੰਘ ਵਾਸਤੇ ਲੰਗਰ ਤਿਆਰ ਹੈ ਸਰਦਾਰ ਗੁਰਮੇਲ ਸਿੰਘ ਜੀ ਸੁਖਪਾਲ ਸਿੰਘ ਜੀ ਵੱਲੋਂ ਸਤੂ ਸੱਚੇ ਪਾਤਸ਼ਾਹ ਲੰਗਰ ਤਿਆਰ ਹੈ ਫੈਕਟਰੀਆਂ ਬਾਰੀਆਂ ਬੀਬੀਆਂ ਵੱਲੋਂ ਲੰਗਰ ਤੇ ਜਲੇਬੀਆਂ ਗੁਰੂ ਗ੍ਰੰਥ ਸਾਹਿਬ ਤਿਆਰ ਹੈ ਕਿਰਪਾ ਕਰਨੇ ਸਤ ਸੰਤੋਖ ਭਟਨਾ ਸਰਦਾਰ ਮਹਿੰਦਰ ਸਿੰਘ ਜੀ ਦੇ ਸਾਰੇ ਪਰਿਵਾਰ ਵੱਲੋਂ ਸਤਿਗੁਰੂ ਜੀ ਲੰਗਰ ਤਿਆਰ ਹੈ ਕਿਰਪਾ ਕਰਨੇ ਸੰਗਤ ਦੀਆਂ ਗੁਰਮਤ ਅਨੁਸਾਰ ਇੱਛਾ ਪੂਰਨ ਕਰਨੀਆਂ ਸ਼ਿਵ ਕਰਨੇ ਸਿਰ ਤੇ ਹੱਥ ਖੜਨਾ ਐਸ ਵੇਲੇ ਜੀ ਅਰਦਾਸ ਆਪ ਜੀ ਦੇ ਚੰਦ ਕਮਲਾ ਪਾਸ ਸ਼ਿਵ ਪੜਦੇ ਸੁਣਦੇ ਸਰਬੱਤ ਵਾਹਿਗੁਰੂ ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਚੜ੍ਹਦੀ ਹੋਵੇ ਕਲਾ ਆਪ ਦੇ ਭਾਰੇ ਸਰਬੱਤ ਨਾਨਕ ਗਰਬ ਕਰੇ
ਵਾਹਿਗੁਰੂ ਜੀ ਕਾ ਖਾਲਸਾ।